ਸਕਦੇ ਹੋ ਕਿੱਦਾਂ ਤੁਸੀਂ ਇੱਕ ਪ੍ਰੋਫੈਸ਼ਨਲ ਵੈਬਸਾਈਟ ਬਣਾ ਸਕਦੇ ਹੋ ਵਿਦਆਊਟ ਐਨੀ ਕੋਡਿੰਗ ਬਿਲਕੁਲ ਫ੍ਰੀ ਆਫ ਕਾਸਟ ਤੇ ਦੇਖ ਸਕਦੇ ਹੋ ਤੁਸੀਂ ਇਸ ਕੋਰਸ ਦੇ ਵਿੱਚ ਲਗਭਗ 40000 ਸਟੂਡੈਂਟਸ ਨੇ ਇਨਰੋਲ ਕੀਤਾ ਹੋਇਆ ਤੇ ਇਹਦੇ ਵਿੱਚ ਵੀ ਤੁਹਾਨੂੰ ਸਰਟੀਫਿਕੇਟ ਵੀ ਮਿਲੇਗਾ ਤੇ ਦੇਖ ਸਕਦੇ ਹੋ ਲਾਈਫ ਟਾਈਮ ਐਕਸੈਸ ਹੈ ਤੇ ਇਹਨੂੰ ਤੁਸੀਂ ਆਪਣੇ ਮੋਬਾਈਲ ਤੇ ਜਾਂ ਟੀਵੀ ਤੇ ਕਿਤੇ ਵੀ ਐਕਸੈਸ ਕਰ ਸਕਦੇ ਹੋ ਤੇ ਸਰਟੀਫਿਕੇਟ ਆਫ ਕੰਪਲੀਸ਼ਨ ਤੁਹਾਨੂੰ ਨਾਲ ਮਿਲੇਗਾ ਹੈਲੋ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕੁਝ Udemy ਦੇ ਫ੍ਰੀ ਕੋਰਸੇਸ ਦੇਖਾਂਗੇ ਤੇ ਇਸ ਸਾਰੇ ਕੋਰਸੇਸ ਦੇ ਨਾਲ ਤੁਹਾਨੂੰ ਸਰਟੀਫਿਕੇਟ ਵੀ ਮਿਲੇਗਾ ਤਾਂ ਅਸੀਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾ ਜਿਹੜਾ ਕੋਰਸ ਹੈ ਬਲੌਗਿੰਗ ਦੇ ਨਾਲ ਰਿਲੇਟਿਡ ਹੈ IT ਕੈਰੀਅਰ ਦੇ ਨਾਲ ਰਿਲੇਟਿਡ ਹੈ ਤੁਹਾਨੂੰ ਪਤਾ ਹੈ ਅੱਜ ਦੇ ਡੇ ਵਿੱਚ ਬਲੌਗਿੰਗ ਇੱਕ ਬਹੁਤ ਅੱਛਾ ਪਲੇਟਫਾਰਮ ਹੈ ਜੇ ਤੁਸੀਂ ਆਪਣੇ ਕਿਸੇ ਬਿਜ਼ਨਸ ਨੂੰ ਜਾਂ ਸਰਵਿਸ ਨੂੰ ਜਾਂ ਕੁਝ ਵੀ ਤੁਹਾਡਾ ਰਾਈਟਿੰਗ ਕੰਟੈਂਟ ਨੂੰ ਤੁਸੀਂ ਪ੍ਰੋਮੋਟ ਕਰਨਾ ਚਾਹੁੰਦੇ ਹੋ ਆਨਲਾਈਨ ਤਾਂ ਇਹਦੇ ਵਿੱਚ ਤੁਸੀਂ ਬਲੌਗਰ ਦਾ ਜੋ ਇਹ ਕੋਰਸ ਹੈ ਇਹਦੇ ਵਿੱਚ ਤੁਸੀਂ ਸਿੱਖ ਸਕਦੇ ਹੋ ਕਿ ਤੁਸੀਂ ਇੱਕ ਪ੍ਰੋਫੈਸ਼ਨਲ ਵੈੱਬਸਾਈਟ ਬਣਾ ਸਕਦੇ ਹੋ ਵਿਦਾਊਟ ਐਨੀ ਕੋਡਿੰਗ ਬਿਲਕੁਲ ਫ੍ਰੀ ਆਫ ਕਾਸਟ ਤੇ ਦੇਖ ਸਕਦੇ ਹੋ ਤੁਸੀਂ ਇਸ ਕੋਰਸ ਦੇ ਵਿੱਚ ਲਗਭਗ 40000 ਸਟੂਡੈਂਟਸ ਨੇ ਇਨਰੋਲ ਕੀਤਾ ਹੋਇਆ ਤੇ ਇਹਦੇ ਵਿੱਚ ਵੀ ਤੁਹਾਨੂੰ ਸਰਟੀਫਿਕੇਟ ਵੀ ਮਿਲੇਗਾ ਤੇ ਦੇਖ ਸਕਦੇ ਹੋ ਲਾਈਫਟਾਈਮ ਐਕਸੈਸ ਹੈ ਤੇ ਇਹਨੂੰ ਤੁਸੀਂ ਆਪਣੇ ਮੋਬਾਈਲ ਤੇ ਜਾਂ ਟੀਵੀ ਤੇ ਕਿਤੇ ਵੀ ਐਕਸੈਸ ਕਰ ਸਕਦੇ ਹੋ ਤੇ ਸਰਟੀਫਿਕੇਟ ਆਫ ਕੰਪਲੀਸ਼ਨ ਤੁਹਾਨੂੰ ਨਾਲ ਮਿਲੇਗਾ ਤੇ ਇਹ ਕੋਰਸ ਬਹੁਤ ਅੱਛਾ ਹੈ ਤੁਸੀਂ ਜੇਤੀ ਜਾ ਕੇ ਇਹਨੂੰ ਇਨਰੋਲ ਕਰ ਲਓ ਇਹ ਇੱਕ ਦਿਨ ਲਈ ਤੁਹਾਨੂੰ ਬਿਲਕੁਲ ਫ੍ਰੀ ਆਫ ਕਾਸਟ ਮਿਲੇਗਾ ਤੇ ਇਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਜਿੱਥੋਂ ਜਾ ਕੇ ਤੁਸੀਂ ਇਸ ਨੂੰ ਓਪਨ ਕਰਕੇ ਇਸ ਪੇਜ ਤੇ ਪਹੁੰਚ ਜਾਓਗੇ ਤੇ ਇਨਰੋਲ ਆਉ ਤੇ ਕਲਿੱਕ ਕਰਕੇ ਤੁਸੀਂ ਇਸ ਕੋਰਸ ਦੇ ਵਿੱਚ ਇਨਰੋਲ ਕਰ ਸਕਦੇ ਹੋ ਬਿਲਕੁਲ ਫ੍ਰੀ ਆਫ ਕੋਸਟ ਉਸ ਤੋਂ ਬਾਅਦ ਸੈਕੰਡ ਜਿਹੜਾ ਕੋਰਸ ਹੈ ਉਹ ਹੈ ਵਰਡਪ੍ਰੈਸ ਦੇ ਨਾਲ ਰਿਲੇਟਡ ਤੁਹਾਨੂੰ ਪਤਾ ਹੈ ਕੋਵਿਡ ਦੇ ਇੰਪੈਕਟ ਦੇ ਕਾਰਨ ਬਹੁਤ ਸਾਰੇ ਬਿਜ਼ਨੈਸਸ ਔਨਲਾਈਨ ਸ਼ਿਫਟ ਹੋਏ ਨੇ ਤੇ ਉਹਦੇ ਲਈ ਤੁਹਾਨੂੰ ਵਰਡਪ੍ਰੈਸ ਦੀ ਜਿਹੜੀ ਵੈਬ ਵਰਡਪ੍ਰੈਸ ਨੂੰ ਕਿੱਦਾਂ ਯੂਜ਼ ਕਰਨਾ ਹੈ ਉਹਦੀ ਨੋਲੇਜ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੀ ਹੈਲਪ ਦੇ ਨਾਲ ਤੁਸੀਂ ਇੱਕ ਵੈਬਸਾਈਟ ਕ੍ਰੀਏਟ ਕਰ ਸਕਦੇ ਹੋ ਤੇ ਇਹਦੇ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ 62000 ਪਲੱਸ ਸਟੂਡੈਂਟਸ ਨੇ ਇਨਰੋਲ ਕੀਤਾ ਹੋਇਆ ਹੈ ਤੇ ਇਹਦੇ ਵਿੱਚ ਵੀ ਤੁਹਾਨੂੰ ਸਰਟੀਫਿਕੇਟ ਆਫ ਕੰਪਲੀਸ਼ਨ ਮਿਲੇਗਾ ਐਂਡ ਇਹ ਵੀ ਤੁਸੀਂ ਮੋਬਾਈਲ ਤੇ ਜਾਂ ਟੀਵੀ ਤੇ ਐਕਸੈਸ ਕਰ ਸਕਦੇ ਹੋ ਪੂਰੀ ਲਾਈਫਟਾਈਮ ਲਈ ਤੁਹਾਨੂੰ ਇਹ ਬਿਲਕੁਲ ਫ੍ਰੀ ਆਫ ਕਾਸਟ ਮਿਲੇਗਾ ਇਹਦਾ ਵੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਾਈਗਾ ਤੁਸੀਂ ਜਾ ਕੇ ਉੱਤੇ ਕਲਿੱਕ ਕਰਕੇ ਇਹਨੂੰ ਇਨਰੋਲ ਕਰ ਸਕਦੇ ਹੋ ਉਤ ਬਾਅਦ ਅਗਲਾ ਜਿਹੜਾ ਕੋਰਸ ਹੈ ਗੂਗਲ ਐਡਸੈਂਸ ਦਾ ਇਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਕਿੱਦਾਂ ਤੁਸੀਂ ਆਪਣੀ ਵੈਬਸਾਈਟ ਤੇ ਜਾਂ YouTube ਚੈਨਲ ਦੇ ਉੱਤੇ ਕਿੱਦਾਂ ਤੁਸੀਂ ਐਡਸ ਜਨਰੇਟ ਕਰ ਸਕਦੇ ਹੋ ਤੇ ਉਹਦੇ ਨਾਲ ਤੁਸੀਂ ਇਨਕਮ ਜਨਰੇਟ ਕਰ ਸਕਦੇ ਹੋ ਤੇ ਇਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਕਿੱਦਾਂ ਤੁਸੀਂ Google AdSense ਦਾ ਅਕਾਊਂਟ ਬਣਾਣਾ ਹੈ ਉਹਨਾਂ ਨੂੰ ਕਿੱਦਾਂ ਕਿਹੜੀ-ਕਿਹੜੀ ਐਡਸ ਤੁਸੀਂ ਆਪਣੀ YouTube ਚੈਨਲ ਤੇ ਪਾ ਸਕਦੇ ਹੋ ਜਾਂ ਕਿਹੜੀ-ਕਿਹੜੀ ਐਡਸ ਤੁਸੀਂ ਆਪਣੀ ਵੈਬਸਾਈਟ ਤੇ ਸ਼ੋਅ ਕਰਕੇ ਉਹਦੇ ਤੋਂ ਇਨਕਮ ਜਨਰੇਟ ਕਰ ਸਕਦੇ ਹੋ ਇੱਕ ਕੋਰਸ ਦੀ ਰੇਟਿੰਗ ਤੁਸੀਂ ਦੇਖ ਸਕਦੇ ਹੋ 4.2 ਤੋਂ ਉੱਤੇ ਹੈ ਤੇ ਇਹਦੇ ਵਿੱਚ ਵੀ 50000 ਪਲਸ ਸਟੂਡੈਂਟਸ ਨੇ ਇਨਰੋਲ ਕੀਤਾ ਹੋਇਆ ਇਹਦੇ ਵਿੱਚ ਵੀ ਤੁਹਾਨੂੰ ਸਰਟੀਫਿਕੇਟ ਆਫ ਕੰਪਲੀਸ਼ਨ ਨਾਲ ਮਿਲੇਗਾ ਤੇ ਇਹਦੇ ਵਿੱਚ ਵੀ ਇਹਨੂੰ ਤੁਸੀਂ ਮੋਬਾਈਲ ਤੇ ਜਾਂ ਟੀਵੀ ਤੇ ਐਕਸੈਸ ਕਰ ਸਕਦੇ ਹੋ ਤੇ ਇਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਈਗਾ ਤੁਸੀਂ ਉੱਥੇ ਕਲਿੱਕ ਕਰਕੇ ਇਹਨੂੰ ਇਨਰੋਲ ਕਰ ਸਕਦੇ ਹੋ ਇੱਕ ਦਿਨ ਲਈ ਤੁਹਾਨੂੰ ਬਿਲਕੁਲ ਫ੍ਰੀ ਆਫ ਕਾਸਟ ਬਿਲਕੁਲ 1 ਰੁਪਿਆ ਵੀ ਨਹੀਂ ਦੇਣਾ ਪੈਣਾ ਉਸ ਪ੍ਰਾਈਸ ਤੇ ਮਿਲੇਗਾ ਉਸ ਤੋਂ ਬਾਅਦ ਅਗਲਾ ਜਿਹੜਾ ਕੋਰਸ ਹੈ ਉਹ ਹੈ ਐਫੀਲੀਏਟ ਮਾਰਕੀਟਿੰਗ ਦਾ ਅੱਜ ਦੀ ਡੇਟ ਦੇ ਵਿੱਚ ਐਫੀਲੀਏਟ ਮਾਰਕੀਟਿੰਗ ਇੱਕ ਬਹੁਤ ਅੱਛਾ ਮੈਥਡ ਹੈ ਜੇ ਤੁਸੀਂ ਇੱਕ ਪੈਸਿਵ ਇਨਕਮ ਆਪਣੀ ਕੰ ਤਾਨੂੰ ਸਿਖਾਇਆ ਜਾਏਗਾ ਕਿਦਾਂ ਤੁਸੀਂ ਪੈਸੇ ਬਣਾ ਸਕਦੇ ਹੋ ਵਿਦਿਊਸਿੰਗ ਦਾ ਅਫੀਲੀਏਟ ਮਾਰਕੀਟਿੰਗ ਤੇ ਇਸ ਕੋਰਸ ਵੀ ਤੁਸੀਂ ਦੇਖ ਸਕਦੇ ਹੋ 39000 ਸਟੂਡੈਂਟਸ ਨੇ ਇਨਰੋਲ ਕੀਤਾ ਹੋਇਆ ਤੇ ਇਹਦੇ ਵਿੱਚ ਵੀ ਤੁਹਾਨੂੰ ਸਰਟੀਫਿਕੇਟ ਆਫ ਕੰਪਲੀਸ਼ਨ ਨਾਲ ਮਿਲੇਗਾ ਐਂਡ ਇਹਦੇ ਵਿੱਚ ਵੀ ਤੁਹਾਨੂੰ ਸਾਰੇ ਉਹ ਫੀਚਰਸ ਮਿਲਣਗੇ ਬਿਲਕੁਲ ਫ੍ਰੀ ਆਫ ਕਾਸਟ ਦੇਨੋ ਤੁਸੀਂ ਇਨਰੋਲ ਕਰ ਸਕਦੇ ਹੋ ਡਿਸਕ੍ਰਿਪਸ਼ਨ ਚ ਤੁਹਾਨੂੰ ਲਿੰਕ ਮਿਲ ਜੇਗਾ ਉਸ ਤੋਂ ਬਾਅਦ ਅਗਲਾ ਜਿਹੜਾ ਕੋਰਸ ਹੈ ਉਹ ਹੈ ਫੋਟੋਸ਼ਾਪ ਦੇ ਉੱਤੇ ਕਿਦਾਂ ਤੁਸੀਂ ਇੱਕ ਫੋਟੋਗ੍ਰਾਫ ਨੂੰ ਕਾਰਟੂਨ ਦੇ ਵਿੱਚ ਕਨਵਰਟ ਕਰ ਸਕਦੇ ਹੋ ਤੇ ਆਪਣਾ ਜਿਹੜੇ ਵੀ ਬੰਦੇ ਨੇ ਜਿਨ੍ਹਾਂ ਨੇ ਕਾਰਟੂਨ ਇੰਡਸਟਰੀ ਦੇ ਵਿੱਚ ਆਪਣਾ ਕਰੀਅਰ ਬਣਾਣਾ ਹੈ ਇਨ ਫਿਊਚਰ ਉਹਨਾਂ ਲਈ ਇਹ ਕੋਰਸ ਬਹੁਤ ਯੂਸਫੁਲ ਹੈ ਇਸ ਕੋਰਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਰੇਟਿੰਗ 4 ਦੀ ਹੈ ਤੇ ਇਹਦੇ ਵਿੱਚ ਵੀ 2 2000 ਤੋਂ ਉੱਪਰ ਸਟੂਡੈਂਟਸ ਨੇ ਇਨਰੋਲ ਕੀਤਾ ਹੈ ਤੇ ਇਹਨੂੰ ਵੀ ਤੁਸੀਂ ਇਨਰੋਲ ਕਰ ਸਕਦੇ ਹੋ ਡਿਸਕ੍ਰਿਪਸ਼ਨ 'ਚ ਤੁਹਾਨੂੰ ਲਿੰਕ ਮਿਲ ਜਾਏਗਾ ਦੋਸਤੋ ਬਾਅਦ ਅਗਲਾ ਜਿਹੜਾ ਕੋਰਸ ਹੈ ਵੀਡੀਓ ਮਾਰਕੀਟਿੰਗ ਦਾ ਕੋਰਸ ਹੈ ਜੇ ਤੁਹਾਡੀ ਕੋਈ ਪ੍ਰੋਡਕਟ ਹੈ ਕੋਈ ਸਰਵਿਸ ਹੈ ਜਾਂ ਤੁਸੀਂ ਕੁਝ ਵੀ ਆਪਣਾ ਬਿਜ਼ਨਸ ਹੈ ਉਹਦੀ ਮਾਰਕੀਟਿੰਗ ਕਰਨਾ ਚਾਹੁੰਦੇ ਹੋ ਵਿਦ ਦ ਹੈਲਪ ਆਫ ਅ ਵੀਡੀਓ ਤੁਸੀਂ ਇਸ ਕੋਰਸ ਦੇ ਥਰੂ ਸਿੱਖ ਸਕਦੇ ਹੋ ਕਿੱਦਾਂ ਤੁਸੀਂ ਆਪਣੀ ਵੀਡੀਓ ਮਾਰਕੀਟਿੰਗ ਨੂੰ ਇਫੈਕਟਿਵ ਬਣਾ ਸਕਦੇ ਹੋ ਤੇ ਇਹ ਕੋਰਸ ਵੀ ਤੁਹਾਨੂੰ ਬਿਲਕੁਲ ਫ੍ਰੀ ਆਫ ਕਾਸਟ ਹੈ ਤੇ ਉਹਦੇ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜੇਗਾ ਉੱਥੋਂ ਤੁਸੀਂ ਜਾ ਕੇ انرੋਲ ਕਰ ਸਕਦੇ ਹੋ ਇਹਦਾ ਵੀ ਤੁਹਾਨੂੰ ਸਰਟੀਫਿਕੇਟ ਆਫ ਕੰਪਲੀਸ਼ਨ ਨਾਲ ਮਿਲੇਗਾ ਉਸ ਤੋਂ ਬਾਅਦ ਜਿਦਾ ਕੀ ਆਪਾਂ ਨੂੰ ਪਤਾ ਹੈ ਕਿ ਜੋ ਫੋਟੋਸ਼ਾਪ ਸੌਫਟਵੇਅਰ ਹੈ ਐਡਾਪ ਦਾ ਉਹ ਪੇਡ ਸੌਫਟਵੇਅਰ ਹੈ ਉਹਦੇ ਲਈ ਤੁਹਾਨੂੰ ਪੈਸੇ ਪੇ ਕਰਨੇ ਪੈਂਦੇ ਨੇ ਤੇ ਇਦਾਂ ਦਾ ਹੀ ਇੱਕ ਹੋਰ ਸੌਫਟਵੇਅਰ ਹੈ ਜਿਹਦਾ ਨਾਮ ਹੈ ਜਿੰਪ ਤੇ ਜਿੰਪ ਨੂੰ ਤੁਸੀਂ ਸਿੱਖ ਸਕਦੇ ਹੋ ਬਿਲਕੁਲ ਫ੍ਰੀ ਆਫ ਕਾਸਟ ਇਹ ਸੌਫਟਵੇਅਰ ਬਿਲਕੁਲ ਫ੍ਰੀ ਆਫ ਕਾਸਟ ਹੈ ਇਹਦੇ ਫੀਚਰਸ ਬਿਲਕੁਲ ਸਿਮਿਲਰ ਨੇ ਜਸਟ ਲਾਈਕ ਫੋਟੋਸ਼ਾਪ ਤੁਸੀਂ ਇਸ ਪ੍ਰੋਗਰਾਮ ਨੂੰ ਕਿੱਦਾਂ ਯੂਜ਼ ਕਰਨਾ ਹੈ ਉਹਦੇ ਨਾਲ ਰਿਲੇਟਡ ਇੱਕ ਕੋਰਸ ਹੈ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ 47000 ਪਲੱਸ ਸਟੂਡੈਂਟਸ ਨੇ ਇਨਰੋਲ ਕੀਤਾ ਤੇ ਇਹਦੀ ਰੇਟਿੰਗ 4 ਤੋਂ ਉੱਪਰ ਹੈ ਤੇ ਇਸ ਕੋਰਸ ਨੂੰ ਜਾ ਕੇ ਵੀ ਤੁਸੀਂ ਇਨਰੋਲ ਕਰ ਸਕਦੇ ਹੋ ਬਿਲਕੁਲ ਫ੍ਰੀ ਆਫ ਕਾਸਟ ਡਿਸਕ੍ਰਿਪਸ਼ਨ ਚ ਤੁਹਾਨੂੰ ਇਹਦਾ ਵੀ ਲਿੰਕ ਮਿਲ ਜੇਗਾ ਤੇ ਇਹਦੇ ਵਿੱਚ ਵੀ ਤੁਹਾਨੂੰ ਸਰਟੀਫਿਕੇਟ ਆਫ ਕੰਪਲੀਸ਼ਨ ਨਾਲ ਮਿਲੇਗਾ ਉਸ ਤੋਂ ਬਾਅਦ ਅਗਲਾ ਜਿਹੜਾ ਕੋਰਸ ਹੈ ਉਦੇ ਵਿੱਚ ਹੈ ਕਿ ਤੁਸੀਂ ਕਿੱਦਾਂ ਆਪਣੀ ਇੱਕ ਪੈਸਿਵ ਇਨਕਮ ਜਨਰੇਟ ਕਰ ਸਕਦੇ ਹੋ ਵਿਦਆਉਟ ਐਨੀ ਐਕਸਪੀਰੀਅੰਸ ਔਰ ਵਿਦਆਉਟ ਅ ਵੈਬਸਾਈਟ ਤਾਂ ਇਸ ਕੋਰਸ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ 44000 ਪਲਸ ਸਟੂਡੈਂਟਸ ਨੇ ਤੇ ਇਸ ਕੋਰਸ ਦੇ ਵਿੱਚ ਵੀ ਤੁਹਾਨੂੰ ਸਰਟੀਫਿਕੇਟ ਆਫ ਕੰਪਲੀਸ਼ਨ ਨਾਲ ਮਿਲੇਗਾ ਤੇ ਸਰਟੀਫਿਕੇਟ ਆਫ ਕੰਪਲੀਸ਼ਨ ਦੇ ਨਾਲ ਨਾਲ ਤੁਹਾਨੂੰ ਇੱਕ ਕੋਰਸ ਬਿਲਕੁਲ ਫ੍ਰੀ ਆਫ ਕਾਸਟ ਮਿਲੇਗਾ ਤੇ ਇਸ ਕੋਰਸ ਦੇ ਵਿੱਚ ਤੁਸੀਂ ਜ਼ਰੂਰ ਇਨਰੋਲ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿੱਦਾਂ ਤੁਸੀਂ ਆਪਣੇ ਮੈਥਡਸ ਨੇ ਜਿਨ੍ਹਾਂ ਨਾਲ ਤੁਸੀਂ ਆਪਣੀ ਪੈਸਿਵ ਇਨਕਮ ਜਨਰੇਟ ਕਰ ਸਕਦੇ ਹੋ ਤੇ ਉਸ ਪੈਸਿਵ ਇਨਕਮ ਨੂੰ ਤੁਸੀਂ ਕਿੱਦਾਂ ਇਨਵੈਸਟ ਕਰਕੇ ਆਪਣੀ ਇਨਕ ਉਸ ਤੋਂ ਬਾਅਦ ਇਹ ਜਿਹੜਾ ਲਾਸਟ ਕੋਰਸ ਹੈ ਇੱਕ ਟੀ-ਸ਼ਰਟ bizness online ਤੁਸੀਂ ਕਿਦਾਂ ਸ਼ੁਰੂ ਕਰ ਸਕਦੇ ਹੋ ਉਹਦੇ ਨਾਲ ਰਿਲੇਟਡ ਇੱਕ ਕੋਰਸ ਹੈ ਤੇ ਇਹਦੇ ਵਿੱਚ ਤੁਹਾਨੂੰ ਸਿਖਾਇਆ ਜਾਏਗਾ ਕਿਦਾਂ ਤੁਸੀਂ ਆਪਣੀ ਟੀ-ਸ਼ਰਟਸ ਨੇ ਉਹਨਾਂ ਨੂੰ ਡਿਜ਼ਾਈਨ ਕਰਕੇ online ਵੇਚ ਸਕਦੇ ਹੋ ਵਿਦਆਊਟ ਐਨੀ ਐਕਸਪੀਰੀਅੰਸ ਇਨ ਥਿਸ ਫੀਲਡ ਤੇ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ 50000 ਪਲੱਸ ਸਟੂਡੈਂਟਸ ਨੇ ਇਨਰੋਲ ਕੀਤਾ ਹੋਇਆ ਆਲਰੇਡੀ ਤੇ ਇਹਦੀ ਰੇਟਿੰਗ ਵੀ ਤੁਹਾਨੂੰ ਪਤਾ ਅੱਛੀ ਹੈ ਇਹਦੀ ਰੇਟਿੰਗ ਵੀ ਤੇ ਇਹਦੇ ਵਿੱਚ ਵੀ ਤੁਹਾਨੂੰ ਸਰਟੀਫਿਕੇਟ ਆਫ ਕੰਪਲੀਸ਼ਨ ਨਾਲ ਮਿਲੇਗਾ ਡਿਟੇਲਡ ਕੋਰਸ ਹੈ ਤੇ ਇਹਦੇ ਵਿੱਚ ਤੁਹਾਨੂੰ ਫ੍ਰੀ ਆਫ ਕਾਸਟ ਇਹਦੀ ਕੋਈ ਫੀਸ ਨਹੀਂ ਲੱਗੇਗੀ ਤੈਨੂੰ ਵੀ ਤੁਸੀਂ ਰੋਲ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇਹਦਾ ਵੀ ਲਿੰਕ ਮਿਲ ਜੇਗਾ ਸੋ ਥੈਂਕ ਯੂ ਗਾਇਜ਼ ਅਜਲੀ ਨਾਈ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਜਲਦੀ ਮਿਲਦੇ ਆਂ